मेरा नाम मनिंदर कौर मथारू है। मैं पंजाब शिमले च मेरा जन्म होया सीगा, तां मैं चंडीगढ़ दी रहन वाली हाँ। उदा तां मैनू इत्थे आया नूं 45 ईयर्स हो गए आ, 45 साल हो गए इत्थे आया नूं मैनू। मैं 20 साल टीचिंग कीती, बाइलिंगुअल टीचिंग कीती। 71 ਦੇ ਜਦੋਂ ਇੱਥੇ ਆਈ ਸੀਗੀ ਉਦੋਂ ਮੈਂ ਹਾਊਸ ਵਾਈਫ ਸੀਗੀ, ਕਰਕੇ ਮੇਰੇ ਹਸਬੈਂਡ ਕਾਲਜ ਯੂਨੀਵਰਸਿਟੀ ਪੜ੍ਹਦੇ ਸੀਗੇ। ਉਸ ਤੋਂ ਬਾਅਦ ਬੱਚੇ ਹੋ ਗਏ, ਬੱਚੇ ਬੜੇ ਹੋਏ। ਜਦੋਂ ਛੋਟਾ ਬੇਟਾ ਮੇਰਾ ਜਦੋਂ ਫੁੱਲ ਟਾਈਮ ਜਾਣ ਲੱਗਾ ਤਾਂ ਮੈਂ ਕਾਲਜ ਜੁਆਇਨ ਕੀਤਾ। ਉੱਥੇ ਮੈਂ GCSE ਏ ਲੈਵਲਸ RSA ਇਨ ਬਾਇਲਿੰਗ ਟੀਚਿੰਗ ਟ੍ਰੇਨਿੰਗ ਕੀਤੀ, ਫਿਰ ਮੈਂ RSA ਇਨ ਇੰਟਰਪ੍ਰੇਟਿੰਗ ਟ੍ਰਾਂਸਲੇਟਿੰਗ ਕੀਤੀ। ਉਸ ਤੋਂ ਬਾਅਦ ਮੈਨੂੰ 93 ਦੇ ਵਿੱਚ ਸਕੂਲ ਦੇ ਵਿੱਚ ਮੈਨੂੰ ਜੋਬ ਮਿਲ ਗਈ। ਮੈਂ 20 ਸਾਲ ਬਾਇਲਿੰਗੁਅਲ ਟੀਚਿੰਗ ਕੀਤੀ ਉੱਥੇ ਸਕੂਲ ਦੇ ਵਿੱਚ। ਹੁਣ ਮੈਂ 2 ਸਾਲ ਹੋ ਗਏ ਮੈਨੂੰ ਰਿਟਾਇਰਮੈਂਟ ਹੋਇਆ ਨੂੰ, ਹੁਣ ਮੈਂ ਜਸਟ ਹਾਊਸ ਵਾਈਫ ਹੀ ਹੈਗੀ ਹਾਂ। ਮੇਰੇ 4 ਬੱਚੇ ਨੇ, ਇੱਕ ਬੇਟੀ ਆ, 3 ਬੇਟੇ ਨੇ, ਐਂਡ ਸਾਰੇ ਵੈਲ ਐਜੂਕੇਟਡ ਨੇ, ਵੈਲ ਸੈਟਲ ਡਾਊਨ ਨੇ। ਛੋਟਾ ਬੇਟਾ ਮੇਰਾ ਵਿਆਹਣ ਵਾਲਾ ਆ, ਬਾਕੀ 3 ਬੱਚੇ ਮੇਰੇ ਵਿਆਹੇ ਹੋਏ ਨੇ। ਇੱਕ ਬੱਚਾ ਮੇਰਾ ਕੀ ਕਹਿੰਦੇ ਆਸਟ੍ਰੇਲੀਆ ਦੇ ਵਿੱਚ ਸੈਟਲ ਡਾਊਨ ਹੋਇਆ, ਐਂਡ ਹੁਣੇ ਆਸਟ੍ਰੇਲੀਆ ਤੋਂ ਆਈ ਹਾਂ। ਐਂਡ ਦੇ ਹੈਪੀ ਦੇ, ਹੈ ਨਾ, ਸਾਡਾ ਵੀ ਦਿਲ ਖੁਸ਼ ਹੁੰਦਾ ਜਦੋਂ ਸਾਡੇ ਬੱਚੇ ਖੁਸ਼ ਹੁੰਦੇ ਆ, ਸਾਡਾ ਵੀ ਦਿਲ ਖੁਸ਼ ਹੁੰਦਾ ਆ। ਆਮ 65 ਦੀ ਮੈਂ ਹੁਣ ਹੋਈ ਹਾਂ। ਹਾਂਜੀ।